ਅੱਜ ਦਾ ਗੁਰਦਾਸਪੁਰ ਦੇ ਲੋਕ ਸਭਾ ਦੇ ਉਮੀਦਵਾਰ ਅਭਿਸ਼ੇਕ ਸ਼ੈਲੀਕਰ ਜੀ ਸਾਡੇ ਨਾਲ ਨੇ। ਅੱਜ ਇਹਨਾਂ ਨੇ ਹਲਕਾ ਜੇਬਾ ਨਾਨਕੇ ਪਿੰਡ ਚੰਗੀਪੁਰ ਵਿੱਚ ਮੀਟਿੰਗ ਰੱਖੀ ਸੀ। ਅੱਜ ਮੈਂ ਇਸ ਮੀਟਿੰਗ ਸੰਬੰਧਿਤ ਗੱਲਬਾਤ ਕਰਦੇ ਹਾਂ ਕਿ ਮੀਟਿੰਗ ਬਾਰੇ ਕੀ ਕਹਿਣਾ ਚਾਹੁੰਦੇ। ਬਹੁਤ ਬਹੁਤ ਖੁਸ਼ੀ ਦੀ ਗੱਲ ਹੈ ਜੀ, ਅੱਜ ਕਈ ਕਾਂਗਰਸੀ ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ 'ਚ ਸ਼ਾਮਿਲ ਹੋਏ ਨੇ, ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਸ਼ਾਮਿਲ ਹੋਏ ਨੇ, ਕਿਉਂਕਿ ਲੋਕਾਂ ਨੂੰ ਪਤਾ ਹੈ, ਵਿਸ਼ਵਾਸ ਕਰਕੇ ਵੇਖਿਆ ਸੀ ਬੀਜੇਪੀ ਦੇ ਵੀ ਅਤੇ ਕਾਂਗਰਸ ਦੇ ਵੀ ਸੌਵਾਂ ਤੱਕ ਖਾਧੀਆਂ ਗਈਆਂ ਪਰ ਲੋਕਾਂ ਦੇ ਕੰਮ ਨਹੀਂ। ਹੁਣ ਅੱਜ ਦੋਵਾਂ ਸਾਲਾਂ ਦੀ ਰਿਪੋਰਟ ਕਾਰਡ ਜਿਹੜੀ ਲੈ ਕੇ ਆ ਰਹੇ ਹਾਂ, ਉਸ ਰਿਪੋਰਟ ਕਾਰਡ ਦੇ ਆਧਾਰ 'ਤੇ ਲੋਕ ਅੱਜ ਸਾਡੇ ਨਾਲ ਦਿਨੋਂ ਦਿਨ ਪਰਿਵਾਰਾਂ ਦਾ ਕੰਮ ਹੈ ਜਿਹੜਾ ਵੱਧਦਾ ਜਾ ਰਿਹਾ। ਜੇ ਅੱਜ ਪਾਰਟੀ ਦੀ ਗੱਲ ਕੀਤੀ ਜਾਵੇ ਦਲ ਬਦਲਾਂ ਦੀ, ਅੱਜ ਰਵੀਕਰਨ ਦੇ ਤੋਂ ਅੱਜ ਜਾਣ ਨਾਲ ਆਮ ਆਦਮੀ ਪਾਰਟੀ ਆਪਣਾ ਬੀਜੇਪੀ ਜਾਣ ਨਾਲ ਉਹਨੂੰ ਕਿਸ ਤਰ੍ਹਾਂ ਦੇਖ ਲਓਗੇ? ਦੇਖੋ ਜੀ, ਮੈਨੂੰ ਨਹੀਂ ਪਤਾ ਵੀ ਉਹਨਾਂ ਨੇ ਕਿਸ ਸੋਚ ਕਰਕੇ ਬੀਜੇਪੀ ਜੁਆਇਨ ਕੀਤੀ ਆ, ਪਰ ਬੀਜੇਪੀ ਦਾ ਆਧਾਰ ਜਿਹੜਾ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੀ ਹੈ, ਨਾਂ ਦੇ ਬਰਾਬਰ ਹੈ। ਪਰ ਉਹਦੇ ਵਿੱਚ ਆ ਜਾ ਕੇ ਫਾਇਦਾ ਤਾਂ ਸਾਨੂੰ ਝਾੜੂ ਵਾਲਿਆਂ ਦਾ ਤਾਂ ਹੈ ਹੀ ਹੈ ਨਾ, ਜਿਹੜੇ ਸਾਡੇ ਕਈ ਅਕਾਲੀ ਸਰਪੰਚ ਜਿਹੜੇ ਨੇ ਉਹ ਸਾਡੇ ਵੱਡੇ ਵੀਰ ਹੋਣਾ ਨੇ, ਗੁਰਦੀਪ ਹੋਣਾ ਨੇ ਜੁੜੇ ਵੀ ਆ, ਔਰ ਕਈਆਂ ਦੇ ਪਰਿਵਾਰ ਹੋਰ ਜੁੜਨ ਵਾਲੇ ਨੇ, ਸੁਣੇ ਨਹੀਂ ਆ। ਅਤੇ ਜੇ ਮੁਕਾਬਲਾ ਸੰਗਤ ਤੈਅ ਕਰਦੀ ਹੈ ਜੀ, ਲੋਕ ਸਾਰੀਆਂ ਪਾਰਟੀਆਂ ਨੇ ਦੋ ਦੇ ਸਟੈਂਡ ਲੈਣਾ, ਆਪਣਾ ਅਕਾਲੀ ਦਲ ਅਤੇ ਕਾਂਗਰਸ ਵੀ ਆ ਅਤੇ ਆਪਣਾ ਭਾਜਪਾ ਵੀ ਆ। ਜਿਹੜੀ ਲੜਾਈ ਹੁੰਦੀ ਹੈ ਲੋਕਾਂ ਨਾਲ, ਇਹ ਲੋਕਾਂ ਦੀ ਲੜਾਈ, ਅਸੀਂ ਆਮ ਘਰਾਂ 'ਚੋਂ ਇੱਕ ਪਾਸੇ ਧਨਾੜ ਲੀਡਰ ਨੇ, ਐਕਟਰ ਵੀ ਵੇਖ ਲਏ, ਹੁਣ ਲੋਕ ਕਹਿੰਦੇ ਵੀ ਆਪਣੇ ਜੀ ਨੂੰ ਮੌਕਾ ਦੇਈਏ ਜਿਹਦੇ ਕੋਲ ਕੱਲ੍ਹ ਨੂੰ ਜਦੋਂ ਕੰਮ ਦੀ ਲੋੜ ਪਵੇ। ਸਾਡਾ ਹਲਕਾ ਗੁਰਦਾਸਪੁਰ ਦੇ ਉਸ ਉਮੀਦਵਾਰ ਸਾਹਿਬ ਅਭਿਸ਼ੇਕ ਸਿੰਘ ਸ਼ਾਲੀਕਰ ਸਿੱਧੀ ਦੀ, ਜਿਹੜਾ ਹਲਕਾ ਜੇ ਬਾਬਾ ਨਾਨਕ ਦੇ ਪਿੰਡ 'ਚ ਮੀਟਿੰਗ ਕੀਤੀ ਗਈ। ਮੀਟਿੰਗ ਦੇ ਵਿੱਚ ਬਹੁਤ ਜ਼ਿਆਦਾ ਵਰਕਰ ਜਿਹੜੇ ਆ ਆਮ ਆਦਮੀ ਪਾਰਟੀ ਜੁੜੇ ਆ, ਔਰ ਸਾਡੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜਿਹੜੇ ਨੇ ਪਰ ਗੱਡੇ ਬਾਬਾ ਦੇ ਇੰਚਾਰਜ ਨੇ, ਅੱਜ ਇਹਨਾਂ ਗੱਲਬਾਤ ਕਰਾਂਗੇ ਕਿਸ ਬਾਰੇ ਕੀ ਕਹਿਣਾ ਚਾਹੁੰਦੇ। ਮੈਂ ਜਿਹੜੇ ਲੋਕ ਸਭਾ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਅਭਿਸ਼ੇਕ ਸਿੰਘ ਦੀ ਸੈਰੀਕਲਸੀ, ਅੱਜ ਉਹ ਡੇਰਾ ਬਾਬਾ ਨਾਨਕ ਜਾਏ ਨੇ, ਤਾਂ ਇਸ ਤੋਂ ਪਹਿਲਾਂ ਚੰਗੀ ਚਿੱਕ ਮੀਟਿੰਗ ਹੋਈ ਆ, ਉਦੋਂ ਬਾਅਦ ਥੀਏਟਰ ਕੇ ਪਿੰਡ 'ਚ ਹੋਈ ਆ। ਇਹ ਬੜਾ ਵੱਡਾ ਨਾਮਵਰ ਪਰਿਵਾਰ ਹੈ ਅਮਰੀਕ ਸਿੰਘ ਥੀਏਟਰ ਕੇ, ਜਿਹਨਾਂ ਅਕਾਲੀ ਦਲ 'ਚ ਬੜਾ ਲੰਮਾ ਸਮਾਂ 'ਚ ਰਹਿ ਕੇ ਸੇਵਾ ਕੀਤੀ ਆ ਵੱਖ ਵੱਖ ਅਹੁਦਿਆਂ ਦੇ। ਇਹਨਾਂ ਨੇ ਮੀਟਿੰਗ ਵੀ ਕਰਵਾਈ ਆਮ ਆਦਮੀ ਪਾਰਟੀ 'ਚ, ਜੁਆਇਨ ਤਾਂ ਪਹਿਲਾਂ ਹੀ ਕਰ ਗਏ ਸੀਗੇ, ਪਰ ਮੇਰੇ ਘਰ 'ਚ ਤਾਂ ਐਸੇ ਪਰਿਵਾਰ ਪਾਰਟੀਆਂ 'ਚ ਛੱਡ ਕੇ ਆਉਣ ਲੱਗ ਜਾਣ, ਬੰਦਿਆਂ ਨਾਲ ਹੀ ਪਾਰਟੀਆਂ ਆਉਂਦੀਆਂ, ਬੰਦੇ ਆ ਕੇ ਤਾਂ ਪਾਰਟੀਆਂ ਆਉਂਦੀਆਂ। ਮੇਰੇ ਘਰ ਡੇਰਾ ਬਾਬਾ ਨਾਨਕ 'ਚ ਲੋਕ ਕੁਛ ਨਵਾਂ ਹੀ ਕਰਨਗੇ, ਨਵਾਂ ਹੀ ਕੋਈ ਚੰਦ ਚਾੜਨਗੇ ਜਿਹੜਾ ਮੈਨੂੰ ਲੱਗਦਾ। ਉਹ ਜੇ ਭਗਵਾਨ ਜੀ 13-13 ਕਹਿ ਰਹੇ ਆ, ਹੁਣ ਕਿਤਾ ਲੱਗ ਰਿਹਾ? ਦੇਖੋ, ਪੰਜਾਬ ਦੇ ਲੋਕ ਬੜੇ ਸਿਆਣੇ ਨੇ, ਸਮਝਦਾਰ ਨੇ, 2 ਸਾਲ ਦੇ ਕੰਮ ਦੇ ਆਧਾਰ 'ਤੇ ਵੋਟਾਂ ਜਿਹੜੀਆਂ ਆਪਾਂ ਮੰਗਦੇ ਹਾਂ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਕਿ 75 ਸਾਲਾਂ ਦਾ ਕੱਢ ਕੇ ਬਾਇਓਡਾਟਾ ਦੇਖੋ ਤਾਂ 2 ਸਾਲਾਂ ਦਾ ਦੇਖੋ। ਕੰਮ ਦੀ ਰਾਜਨੀਤੀ ਕਰਦੇ ਹਾਂ, ਚੰਮ ਦੀ ਰਾਜਨੀਤੀ ਨਹੀਂ ਕਰਦੇ। ਇਸ ਕਰਕੇ ਲੋਕ ਬੜੇ ਸਮਝਦਾਰ ਨੇ ਪੰਜਾਬ ਦੇ ਲੋਕ। ਜਿਹੜਾ ਮਾਨ ਸਾਹਿਬ ਨੇ 13-0 ਦਾ ਵਾਅਦਾ ਦਿੱਤਾ, ਉਹ 100% ਜਿਹੜਾ ਵਾ ਪੂਰਾ ਹੋਣਾ, 13-0 ਜਿਹੜਾ ਪੰਜਾਬ ਦੇ ਲੋਕ।